ਤੁਸੀਂ ਸੀਨੀਅਰ ਅਫਸਰਾਂ ਤੋਂ ਦਿੱਲੀ ਪੁਲਿਸ ਨੂੰ ਜਵਾਬ ਇਹ ਚੀਜ਼ ਦਾ ਵਿਰੋਧ ਕਰੋ ਵੀ ਅਸੀਂ ਨਹੀਂ ਰੱਖੇ ਸਾਡੇ ਨੂੰ ਗ੍ਰਿਫਤਾਰ ਕਰਦੇ ਤੁਸੀਂ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਇੱਥੇ ਬਾਈ ਸੁਖਵਿੰਦਰ ਪੀਪੀ ਬੈਠਾ ਜਦੋਂ ਉਹਨੂੰ ਪਤਾ ਲੱਗਿਆ ਵੀ ਅਫਸਰ ਦਾ ਸਾਡੇ ਢੰਗ ਨੇ ਉਹਨੇ ਪੰਜਾਬ ਪੁਲਿਸ ਦੀ ਨੌਕਰੀ ਰਿਜ਼ਾਈਨ ਕਰਤੀ ਪੰਜਾਬ ਪੁਲਿਸ ਦਾ ਤੁਸੀਂ ਸਾਡੇ ਭਰਾ ਹੋ ਸਾਰੇ ਜਾਣੇ ਤੁਸੀਂ ਇਹ ਚੀਜ਼ ਦਾ ਟਾਕਿਆ ਡੱਟ ਕੇ ਅਫਸਰ ਨੂੰ ਪੁੱਛੋ ਵੀ ਲੱਗੇ ਤੁਹਾਨੂੰ ਕੀ ਗਲਤ ਕਰਿਆ ਅੱਜ ਨੇ ਥੋੜਾ ਸਾਥ ਦਿੱਤੇ ਪੰਜਾਬ ਪੁਲਿਸ ਵਾਲੇ ਮੇਰੇ ਵੀਰੋ ਮੇਰੇ ਭਰਾਵੋ ਜਿੰਨੇ ਵੀ ਸਤਿਕਾਰਯੋਗ ਪੰਜਾਬ ਪੁਲਿਸ ਦੇ ਅਫਸਰ ਸੁਣ ਰਹੇ ਨੇਗੇ ਲੱਕੇ ਸਾਡੇ ਨੇ ਜੋ ਕੁਝ ਗਲਤ ਕੀਤਾ ਹੋਵੇ ਤਾਂ ਸਾਡੇ ਇੱਥੇ ਸਿਰ 'ਚ ਜੁੱਤੀਆਂ ਮਾਰ ਲਓ ਕਿਉਂ ਯਾਰ ਉਹ ਤੁਹਾਡੇ ਸਾਡੇ ਨਾਲ ਹਾਲਾਤ ਕੀਤੇ ਜਾ ਰਹੇ ਨੇ ਅਸੀਂ ਲੱਕੇ ਤੁਹਾਡੇ ਦਾ ਬਿਲਕੁਲ ਕੋਈ ਬੰਦਾ ਸਾਥ ਨਹੀਂ ਦੇਊਗਾ ਜੇ ਲੱਕੇ ਤੁਹਾਡਾ ਕੋਈ ਕਿਸੇ ਗਲਤ ਲੜਾਈ ਵਿੱਚ ਲੜਦਾ ਹੋਵੇ ਹੱਕ ਸੱਚ ਦੀ ਜੇ ਗੱਲ ਕਰਦਾ ਤਾਂ ਫਿਰ ਉਹਦੇ ਤੇ ਤਸਾਦਰ ਢਾ ਦਿਓ ਇਕੱਲੇ ਇਕੱਲੇ ਬੰਦੇ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਜਿੰਨਾ ਟਾਈਮ ਆਪਣਾ ਕੋਈ ਫੈਸਲਾ ਨਹੀਂ ਹੁੰਦਾ ਉਨਾ ਟਾਈਮ ਆਪਾਂ ਇੱਥੋਂ ਉੱਠਣਾ ਨਹੀਂ ਹੈਗਾ ਜੇ ਬਾਈ ਕਨਵਰ ਗਰੇਵਾਲ ਵਰਗੇ ਹਰਪਚੀਮੇ ਵਰਗੇ ਵਿਚਾਰੇ ਠੀਕ ਆ ਕਲਾਕਾਰ ਸਾਡੇ ਚ ਇੱਥੇ ਆ ਕੇ ਧੁੱਪੇ ਬੈਠ ਸਕਦੇ ਨੇ ਤਾਂ ਫਿਰ ਤੁਸੀਂ ਕਿਉਂ ਨਹੀਂ ਬੈਠ ਸਕਦੇ ਬਾਈ ਵਰਗੇ ਦਾ ਘੰਟੇ ਘੰਟੇ ਦਾ 3-3 ਲੱਖ ਰੁਪਇਆ 4-4 ਲੱਖ ਰੁਪਇਆ ਇੱਕ ਘੰਟੇ ਦਾ ਆਹ ਬੈਠੇ ਨੇ ਬਾਈ ਤੁਹਾਡੇ ਵਿੱਚ ਸਾਰਾ ਕੁਝ ਛੱਡ ਕੇ ਇਸ ਕਰਕੇ ਤੁਹਾਡੀ ਬੇਨਤੀ ਆ ਇਹਨਾਂ ਦਾ ਸਿੱਖ ਲਓ ਭਰਾਵਾਂ ਤੋਂ ਜਿੰਨਾ ਟਾਈਮ ਕੋਈ ਫੈਸਲਾ ਨਹੀਂ ਹੁੰਦਾ ਸਾਰੇ ਜਾਣੇ ਬਹਿ ਜਾਓ ਅਸੀਂ ਗੁਰੂ ਅਰਜਨ ਦੇਵ ਜੀ ਦੇ ਬਾਸਾ ਜਿਹੜੇ ਤੱਤੀਆਂ ਤਵੀਆਂ ਦੇ ਬੈਠੇ ਸੀਗੇ ਤੁਸੀਂ ਬੈਠ ਰਹੇ ਸਾਹਿਬ ਤੱਤੀ ਸੜਕ ਤੇ ਬਹਿ ਜਾਓ ਯਾਰ 25 ਦਿਨ ਹੋ ਗਏ ਮੈਨੂੰ ਬਿਮਾਰ ਚੱਲਦੇ ਨੂੰ ਹੁਣ ਮੈਨੂੰ ਪੂਰਾ ਬੁਖਾਰ ਚੜਿਆ ਪਿਆ ਮੈਂ ਦਵਾਈ ਲੈ ਕੇ ਆਇਆ ਮੈਂ ਕਿਹਾ ਵੀ ਆਪਾਂ ਡੱਟ ਕੇ ਇੱਥੇ ਬੈਠਣਾ ਤਾਂ ਬਾਹਰ ਚੋਂ ਭਰਾ ਵੜ ਕੇ ਯਾਰ ਸਾਰੇ ਜਾਣ ਜਿੰਨਾ ਟਾਈਮ ਕੋਈ ਫੈਸਲਾ ਨਹੀਂ ਹੁੰਦਾ ਆਹ ਮਾਮਾ ਦੇਖ ਲਓ ਆਹ ਬੈਠੀਆਂ ਨੇ ਸਾਡੀਆਂ ਭੈਣਾਂ ਇੱਕ ਵੀ ਕੋਈ ਭੈਣ ਖੜੀ ਨਹੀਂ ਹੈਗੀ ਸਾਡੀਆਂ ਮਾਵਾਂ ਦੇਖ ਲਓ ਇਹਨਾਂ ਦਾ ਵੀ ਜਿਗਰਾ ਦੇਖ ਲਓ ਜਿੰਨਾ ਅਨਸ਼ਾਸਨ ਦੇ ਵਿੱਚ ਬੈਠਾ ਨੇ ਇੱਕ ਗੱਲ ਯਾਦ ਰੱਖੋ ਜਿੰਨਾ ਅਨਸ਼ਾਸਨ ਦੇ ਵਿੱਚ ਬੈਠਾਂਗੇ ਨਾ ਉਨੀ ਸਾਡੀ ਸੁਣਵਾਈ ਹੋਊਗੀ ਜੇ ਤੁਸੀਂ ਹੁੱਲੜਬਾਜ਼ੀ ਵਾਲਾ ਕੰਮ ਕਰਾਂਗੇ ਫੇਰ ਨਹੀਂ ਆਪਣਾ ਇਹਨਾਂ ਨੇ ਸੁਣਨਾ ਹੁੱਲੜਬਾਜ਼ੀ ਤਾਂ ਮਿੰਟ ਡਾਂਗਾ ਮਾਰ ਕੇ ਖਿਲਾਰਨੀ ਬਹੁਤ ਸੌਖੀ ਆ ਜਿਹੜੇ ਹੁੱਲੜਬਾਜ਼ੀ ਨਾ ਪ੍ਰਸ਼ਾਸਨ ਤੁਹਾਨੂੰ ਮਿੰਟ ਡਾਂਗਾ ਮਾਰ ਕੇ ਖਿਲਾਰ ਦੂਗਾ ਜਿੰਨਾ ਤੁਸੀਂ ਏਕਤਾ ਦੇ ਵਿੱਚ ਚੱਲੋਗੇ ਉਹਨਾਂ ਤੁਹਾਡਾ ਅੱਜ ਤੁਹਾਨੂੰ ਤੁਹਾਡਾ ਫੈਸਲਾ ਆਉਣਾ ਐਂਬੂਲੈਂਸ ਨਿਕਾ ਦੇ ਬਾਈ ਸਾਰੇ ਨਾ ਹੱਲੋ ਯਾਰ ਆਪ ਸਾਰੇ ਆ ਬਹਿ ਜਾਓ ਯਾਰ ਬਾਈ ਉਹਨੇ ਥਾਂ ਵੀ ਨਿਕਾ ਦੇ ਯਾਰ ਐਂਬੂਲੈਂਸ ਇੱਧਰ ਦੀ ਨਿਕਾ ਦੇ ਬਾਈ ਸਾਰੇ ਨਾ ਉੱਠੋ ਯਾਰ ਲੱਗ ਜਾਓ ਯਾਰ ਇੱਧਰ ਬਹਿ ਜਾਓ ਲੰਘ ਜੂਗੀ ਯਾਰ ਸਾਰੇ ਕਿਉਂ ਹਲਚਲ ਕਰੀ ਜਾਂਦੇ ਯਾਰ ਲੰਘ ਜੂ ਬਾਕੀ ਜਾਣੇ ਬਹਿ ਜਾਓ ਮੇਰੀ ਦੁਬਾਰੇ ਫੇਰ ਮੇਰੇ ਪੰਜਾਬ ਪੁਲਿਸ ਦੇ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਇਕੱਲੇ ਇਕੱਲੇ ਜਾਣੇ ਆਪਦੇ ਅਫਸਰ ਨੂੰ ਇਹ ਗੱਲ ਕਹੋ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਤੁਹਾਨੂੰ ਸਹੁੰ ਲੱਗੇ ਆਪਣੇ ਪੰਜਾਬ ਦੀ ਤੁਹਾਨੂੰ ਸਹੁੰ ਲੱਗੇ ਆਪਦੀ ਮਿੱਟੀ ਦੀ ਤੁਸੀਂ ਵੀ ਕਹਿ ਸਕਦੇ ਹੋ ਬਹੁਤ ਸਾਰੇ ਇਹੋ ਜਿਹੇ ਅੰਦੋਲਨ ਹੋਏ ਨੇ ਗਿਆ ਜਿਹੜੇ ਫੌਜਾਂ ਉਹਦੇ ਅਫਸਰਾਂ ਨੂੰ ਕਹਿੰਦੇ ਨੇ ਵੀ ਅਸੀਂ ਨੀ ਜ਼ੁਲਮ ਕਰਦੀਆਂ ਬਹੁਤ ਸਾਰੇ ਇਹੋ ਜਿਹੇ ਫੈਸਲੇ ਹੁੰਦੇ ਨੇਗੇ ਤੁਸੀਂ ਅੱਜ ਉਹ ਫੌਜਾਂ ਤੁਸੀਂ ਸਾਥ ਦਿਓ ਇੱਧਰ ਹੋ ਜਾਓ ਬਾਈ ਪੰਜਾਬ ਪੁਲਿਸ ਦੇ ਨੌਜਵਾਨੋ ਪੰਜਾਬ ਪੁਲਿਸ ਦੇ ਜਿੰਨੇ ਵੀ ਸਾਡੇ ਸਤਿਕਾਰਯੋਗ ਐਸਐਚਓ ਸਾਹਿਬ ਨੇ ਡਿਪਟੀ ਸਾਹਿਬ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਹਾਂ ਇੱਥੇ ਕੋਈ ਵੀ ਅਫਸਰ ਇੱਕ ਗੱਲ ਆ ਕੇ ਕਹਦੇ ਅਸੀਂ ਕਹਿੰਦੇ ਆ ਕੋਈ ਵੀ ਪੰਜਾਬ ਪੁਲਿਸ ਦਾ ਅਫਸਰ ਇਹ ਗੱਲ ਆ ਕੇ ਕਹਦੇ ਵੀ ਲੱਖਾ ਇੱਥੇ ਗਲਤ ਆ ਅਸੀਂ 10 ਮਿੰਟਾਂ 'ਚ ਉੱਠ ਖੜਾਂਗੇ ਜੇ ਲੱਖਾ ਕਿਤੇ ਵੀ ਗਲਤ ਆ ਇੱਥੇ ਕੋਈ ਵੀ ਅਫਸਰ ਆ ਗਿਆ ਮੈਕ ਤੇ ਬੋਲਦੇ ਅਸੀਂ 10 ਮਿੰਟਾਂ 'ਚ ਉੱਠ ਖੜਾਂਗੇ ਬਾਈ ਮੜਾ ਜਾ ਇੱਧਰ ਹੋ ਜਾਓ ਯਾਰ ਉਹ ਮਾਈਆਂ ਨੂੰ ਦੇ ਕੋਈ ਵੀ ਲੱਖਾ ਸਾਡੇ ਯਾਰ ਪੰਜਾਬ ਦੀ ਲੜਾਈ ਲੜਦਾ ਸਾਡੀ ਪੰਜਾਬੀ ਦੀ ਲੜਾਈ ਲੜਦਾ ਸਾਡੇ ਲਈ ਲੜਦਾ ਲੱਖ ਰੁਪਏ ਦਾ ਨਾਮ ਚੱਲ ਰਿਹਾ ਦਿੱਲੀ ਪੁਲਿਸ ਨੇ ਭਗੌੜਾ ਕਰਾ ਦਿੱਤਾ ਉਹ ਤੁਸੀਂ ਸਮਝੋ ਇਸ ਗੱਲ ਨੂੰ ਸਮਝੋ ਇਹ ਸਾਰੇ ਅੰਦੋਲਨ ਖਰਾਬ ਕਰਨ ਦੇ ਤਰੀਕੇ ਨੇਗੇ ਸਾਰੇ ਪੰਜਾਬ ਨੂੰ ਗੁਲਾਮ ਬਣਾਉਣ ਦੇ ਤਰੀਕੇ ਨੇ ਆਹ ਕਾਮਰੇਡ ਜਾਂ ਨੌਜਵਾਨ ਵਰਸ 'ਚ ਇਹ ਕਿਹੜੇ ਬਣਾਇਆ ਇਹਨਾਂ ਨੇ ਦਿੱਲੀ ਇਹਨਾਂ ਨੇ ਅੱਜ ਤੱਕ ਸੋਸ਼ਲ ਮੀਡੀਆ 'ਚ ਜਿਹੜਾ ਗਾਹ ਪਾਇਆ ਇਹ ਸਾਰਾ ਭਾਜਪਾ ਨੇ ਗਾਹ ਪਾਇਆ ਪੰਜਾਬ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਕਦੇ ਨਹੀਂ ਸੱਚੀ ਗੱਲ ਇਹ ਆ ਕਿ ਉਹ ਕਦੇ ਨਹੀਂ ਚਾਹੁੰਦੇ ਵੀ ਸਾਡੇ ਕਿਸਾਨ ਅੰਦੋਲਨ ਜਿੱਤਣ ਕਿਉਂਕਿ ਜੇ ਇਹਨੇ ਲੋਕ ਜਾਗਰੂਕ ਹੋ ਗਏ ਤਾਂ ਇਹਨਾਂ ਨੂੰ ਕੁਰਸੀ ਤੇ ਕੌਣ ਬਿਠਾਊਗਾ ਇਸ ਕਰਕੇ ਮੇਰੀ ਬੇਨਤੀ ਹੈ ਲੈ ਬਾਈ ਹੋਰ ਬਾਈਆਂ ਨੂੰ ਇੱਥੇ ਬਾਈ ਬਾਈ ਹਰਪਚੀਮੇ ਵਰਗਿਆਂ ਨੂੰ ਬਾਈ ਕਨਵਰ ਵਰਗ ਨੂੰ ਬੁਲਾਓ ਸੋ ਜਿੰਨੇ ਵੀ ਭਰਾ ਖੜੇ ਨੇ ਉਹ ਸਾਰੇ ਆ ਕੇ ਬਹਿ ਜਾਓ ਸੋ ਬੇਨਤੀ ਕੀਤੀ ਜਾਂਦੀ ਹੈ ਸਾਡਾ ਸਾਥ ਦੇਣ ਲਈ ਲੱਗੇ ਬਾਈ ਦੀ ਸੋਚ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਹੁਣ ਸਾਡਾ ਭਰਾ ਹਰਪਚੀਮਾ ਆਪਣੇ ਵਿਚਾਰ ਸਾਂਝੇ ਕਰੂਗਾ ਬਾਈ ਹਰ ਜਾ ਕੇ ਸਟੇਜ ਤੇ ਮਾਈਕ ਦੀ ਸਵੇ ਬਣਵਾ ਲਓ ਬੁਲਾ ਲਓ ਗੱਡੀ ਬੈਕ ਕਰ ਦਿਓ ਜੀ ਮੜੀ ਜੀ ਇਹਦਾ ਮੂੰਹ ਪਰਲੇ ਪਾਸੇ ਨੂੰ ਮੋੜ ਦਿਓ ਸਪੀਕਰ ਦਾ ਜਾਗਦੀਆਂ ਨੇ ਤਾਂ ਆ ਕੇ ਸੜਕਾਂ
बेनती की जाती है भरावो हाथ जोड़ के, क्योंकि आप मिट्टी ना मिट्टी होने वाले लोग हाँ। आप ने टिब्बे ढाल ढाल के बाण पद्र करते बेनती है की आके स्टेज से 10 मिनट ला के जान, उस तो बाद हरिंदर भाई आवे भाई सुख जगराओ तुहाडे सामने विचार पेश रखणगे ते अपने हुलड़बाजी नहीं करनी, शांति बना के रखनी है। ये बार बार बेनती है भाई सुख जगराओ। सारे भाइयों को बेनती है धरना जे आप दे रहे हैं तो इहदा कि नियम है किसी वीर ने कोई हुलड़बाजी कोई चकवी गल कोई इदा का कम नहीं करना जिहड़ा कि आप गलत साबित करे। मैं पहली गल यह कहना चाहता कि पंजाब पुलिस के अधिकारी ये साडे नाल ने, कोई दो रवा नहीं है पर यह भी साडे अगे ने, पर उन्हां दा भी प्रेशर हो सकता है दिल्ली का या दिल्ली के कुछ ऑफिसर का, तो इसलिए उन्हां नाल भी सानू समझना पैना है। जरूरी नहीं होंदा कि जिहड़ा बंदा हर एक बंदा ही गलत होवे या हर एक बंदा ही साडे विरोध च होवे, नहीं उन्हां दी भी ड्यूटी है समझना पैना है सानू। पहला तो असीं इह गल नूं इत्थे बिल्कुल बशर्ते सारे मन्नांगे, कोई हुलड़बाजी नहीं, कोई इदां दी गल नहीं, कोई भड़काहट वाली गल नहीं। सत श्री अकाल दोस्तों, मैं कुलविंदर सिंह एक बार फिर तो हाजिर हाँ इस वेले दे कुछ होर खास अपडेट लैके अज दे अपडेट्स की लड़ी दे विच। दोस्तों जिवें कि इस तो पहले अपडेट्स की लड़ी दे विच आपां तुहाडे नाल खबर सांझी कीती सी जदों कि अज लखे सधाणे ने संगरूर जिले दे विच कुछ लोगों नूं लामबंद करन दे लई प्रोग्राम कीते सन दिल्ली संघर्ष दे विच लिजाण दे लई, तां उत्थे पंजाब पुलिस वड्डी गिणती दे विच वड्डी फोर्स शायद लखा सधाणा नूं गिरफ़्तार करने की मनसा दे नाल काफ़ी ज़्यादा उत्थे आ गई सी, जिस करके कि माहौल काफ़ी ज़्यादा तनावपूर्वक भी हो गया सी। जिस तो बाद दोस्तों हुण एक होर वड्डा खुलासा निकल के सामने आया, आओ तुहानूं हुण ज़्यादा समां ना लैंदे होए लै चलदे हां उस वेले दी लाइव वीडियो वल, जदों लखा सधाणा दे समर्थकां ने अते किसानी संघर्ष दे विच डटण वाले लखा सधाणा दी टीम दे मैंबरां ने एक थाने दा घराओ कीता, क्योंकि पंजाब पुलिस दिल्ली पुलिस नूं लखा सधाणा नूं गिरफ्तार करके हैंडओवर करना चाहती सी। अगे की होया बाकी सारा कुछ तुसी देखो इस वीडियो दे विच। बाकी दोस्तों इस सारे मसले बारे तुसी अपनी राय कमेंटा च जरूर सांझी करके जायो, तो वीडियो दे नाल अखीर तक बने रहना, तो वीडियो नूं अगे ज्यादा तो ज्यादा शेयर करना ना भुलना। देखो जो भी अज दिल्ली पुलिस ने इधर हो जाओ यार, माड़ा जा भाई, माड़ा जा बह जाओ जा इधर हो जाओ भाई, बह जाओ यार गिरफ्तार करने की जिहड़ी एक कोशिश है वह की गई है पुलिस वालों, जो कि अति निंदन योग है। असि मानते हैं यार कि उस नूं कागजा दिल्ली पुलिस ने उन्हें पीओ करार दिता है, पर क्यों कि उन्हें कोई एडा वड्डा जुर्म करता कि उन्हें इस समय भगौड़ा लाता, सो एक वड्डी गल है। सारे जिन्हें भी पंजाबी इत्थे बैठे ने खास तौर पर इस एरिए वाले सारे की मैं जे मैं गल करा हर एक बंदा वह लखे नूं प्यार करता, असीं उहदे करके इत्थे आए हैं यार। जे पट्टी करदे आ पूरे पंजाब च उन्हें की लैना जां असीं की लैना, जिवें आपां नाल दस रहे सी भाई कमर अर्गे हर फर्गे भाई बैठे ने 3-3 लाख रुपये सौदा लैंदे ने अज धुप्पे थोड़े नाल बैठे ने, क्यों? क्योंकि गल हक अते सच दी है। जिहड़ा बंदा हक अते सच दी गल करदा है महाराज अकाल पुरखो दा आप सहाई हुंदा है। जे लखा सच दे राह ते चलदा सी तां ही उह अज लोक उहनूं इन्ना चाहुंदे ने, उहदे लई इन्ने इत्थे बैठे ने धरने ते, नहीं साडा उहनूं पता नहीं 4-5 मिंट इस समें प्रोग्राम सी जो टाइम हो गया। सो इस लई यार असीं कोई इदां दी गल नहीं करांगे जिहड़ी कि सानूं भारू साबित होवे। दूजी गल, लखे ने इदां दी कोई भी गल नहीं कीती जिहदे नाल तुसीं उहनूं भगौड़ा करार करके ਇਹ ਹਿਟਲਰ ਨੁਮਾ ਸਰਕਾਰਾਂ ਨੇ ਇਹ ਸੈਂਟਰ ਸਰਕਾਰ ਨੇ ਦਿੱਲੀ ਦੀ ਇਸ ਕੋਝੀ ਚਾਲ ਚੱਲੀ ਹੈ ਨੇ ਜੰਦੀ ਸਰਕਾਰ ਨੇ ਉਹਨੂੰ 1 ਲੱਖ ਦਾ ਭਗੌੜਾ ਨਾਮ ਉੱਤੇ ਰੱਖਤਾ। 307 ਧਾਰਾ ਲਾਤੀਆਂ ਸਾਡੇ ਨੌਜਵਾਨਾਂ ਤੇ ਜਿਹੜੇ ਜਨਵਰੀ ਦੇ ਵਿੱਚ ਦਿੱਲੀ ਨੂੰ ਗਏ ਆ, ਇਰਾਦਾ ਕਤਲ ਹੁੰਦਾ 307 ਯਾਰ ਅਸੀਂ ਉੱਥੇ ਕਤਲ ਕਰਨ ਗਏ ਆ।
ਤੁਸੀਂ ਬੇਵਕੂਫੀ ਸਮਝ ਰੱਖਿਆ ਆਮ ਲੋਕਾਂ ਨੂੰ। ਤੁਹਾਨੂੰ ਲੱਗਦਾ ਕਿ ਜੋ ਅਸੀਂ ਕਹਿਤਾ ਉਹ ਮੀਲ ਪੱਥਰ ਹੋ ਗਿਆ ਤੇ ਇਹ ਬੇਵਕੂਫ ਤੁਰੇ ਫਿਰਦੇ ਨੇ। ਅੱਜ ਕੱਲ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ, ਹਰ ਇੱਕ ਮਾਡਰਨ, ਹਰ ਇੱਕ ਦੇ ਕੋਲੇ ਮੋਬਾਈਲ ਹੈ, ਅਗਲਾ ਪੂਰਾ ਇਸ ਚੀਜ਼ ਨੂੰ ਲੈ ਕੇ ਮਾੜੀ ਮਾੜੀ ਗੱਲ ਨੂੰ ਲੈ ਕੇ ਨੌਲੇਜ ਰੱਖਦਾ। ਸਾਡੇ ਵੀ ਵਕੀਲਾਂ ਤੱਕ ਇਹ ਗੱਲ ਪਹੁੰਚ ਗਈ, ਕਿਤੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਪਤਾ ਮਾੜੀ ਮਾੜੀ ਗੱਲ, ਉਹ ਵੀ ਆਵਾਜ਼ ਕਰ ਰਹੇ ਨੇ। ਤੁਹਾਡੇ ਅਧਿਕਾਰੀ, ਵੱਡੇ ਅਧਿਕਾਰੀ ਤੁਹਾਡੇ ਆਵਾਜ਼ ਕਰ ਸਕਦੇ ਨੇ, ਤਾਂ ਕੀ ਅਸੀਂ ਇੱਥੇ ਬਿਨਾਂ ਮਦਦ ਤੁਰੇ ਫਿਰਦੇ ਹਾਂ? ਤੁਹਾਨੂੰ ਲੱਗਦਾ ਸਾਡਾ ਦਿਮਾਗ ਖਰਾਬ ਆ, ਅਸੀਂ ਇੱਥੇ ਆ ਕੇ ਸੜਕਾਂ 'ਚ ਧੁੱਪੇ ਬੈਠੇ ਹਾਂ? ਜੇ ਅਸੀਂ ਹੱਕ ਸੱਚ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਾਗਲ ਹੋ ਗਏ? ਤੁਸੀਂ ਚੱਕ ਕੇ ਸਾਨੂੰ ਜੇਲ੍ਹਾਂ 'ਚ ਧੱਕ ਦਿਓਗੇ? ਕਿਹੜਾ ਅੰਗਰੇਜ਼ਾਂ ਦਾ ਰਾਜ ਚੱਲਦਾ ਹੈ, ਮੁਗਲਾਂ ਦਾ ਰਾਜ ਚੱਲਦਾ ਹੈ? ਚਾਰ ਦੇਸ਼ ਦੇ ਬਛਿੰਦੇ ਹਾਂ ਅਸੀਂ, ਜਿੱਥੇ ਸਾਨੂੰ ਬੋਲਣ ਦੀ ਆਜ਼ਾਦੀ ਹੈ, ਫਰੀਡਮ ਆਫ ਸਪੀਚ ਹੈ, ਹਰ ਇੱਕੋ ਬੰਦਾ ਬੋਲ ਸਕਦਾ ਹੈ, ਹਰ ਇੱਕੋ ਬੰਦਾ ਵਿਚਾਰ ਰੱਖ ਸਕਦਾ ਹੈ। ਜਿਹੜਾ ਬੰਦਾ ਰੋਟੀ ਖਾਂਦਾ, ਜਿਹੜਾ ਜਿਉਂਦਾ ਹੈ, ਜਿਹੜੇ ਮਰੇ ਹੋਏ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਉਹਨਾਂ ਦਾ ਕੋਈ ਮਤਲਬ ਨਹੀਂ। ਜਿਹੜੇ ਜਿਉਂਦੇ ਨੇ ਹਰ ਇੱਕ ਬੰਦਾ ਬੋਲ ਸਕਦਾ ਹੈ, ਤੇ ਕੀ ਤੁਸੀਂ ਸਾਡੀ ਬੋਲਣ ਦੀ ਆਜ਼ਾਦੀ ਖੋਲੋਗੇ ਸਾਡੇ ਤੋਂ? ਜੇ ਅਸੀਂ ਵੱਖ ਵੱਖ ਪਿੰਡਾਂ 'ਚ ਜਾ ਕੇ ਪ੍ਰੋਗਰਾਮ ਲਾਉਂਦੇ ਹਾਂ ਤਾਂ ਤੁਸੀਂ ਉੱਥੇ ਭਾਰੀ ਪੁਲਿਸ ਬਲ ਲਾ ਕੇ ਸਾਨੂੰ ਡਰਾਉਂਗੇ, ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ? ਕੀ ਇਹ ਜਾਇਜ਼ ਹੈ? ਅਸੀਂ ਇਕੱਲਾ ਇੱਥੇ ਨਹੀਂ, UN ਤੱਕ ਤੁਹਾਨੂੰ ਦੇਖ ਰਿਹਾ, ਚਾਹੇ ਉਹ ਕੋਈ ਪੁਲਿਸ ਅਧਿਕਾਰੀ ਹੋਵੇ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਸਾਡੇ ਇਹ ਜ਼ਰੂਰ ਸਾਡੇ ਭਾਈ ਭਰਾ, ਸਾਡੇ ਬਾਪ ਦੀ ਉਮਰ ਦੇ ਸਮਾਨ ਵੀ ਨੇ, ਪਰ ਜੇ ਅਸੀਂ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਅੱਗੋਂ ਸਤਿਕਾਰ ਚਾਹੀਦਾ। ਜੇ ਤੁਸੀਂ ਕੇਸ ਪਾ ਸਕਦੇ ਹੋ ਜਾਲੀ, ਤਾਂ ਸਾਡੇ ਕੋਲ ਫਿਰ ਪੂਰੇ ਪਹੁੰਚੇ ਹੋਏ ਵਕੀਲ ਨੇ ਜਿਹੜੇ ਕਿ ਸਾਨੂੰ ਇਸ ਕੇਸਾਂ ਚੋਂ, ਇਸ ਜਿਹੜਾ ਤੁਸੀਂ ਨਕਲੀ ਕੇਸ ਪਾਏ ਨੇ, ਜਾਲੀ ਕੇਸ ਪਾਏ ਨੇ, ਜਿਹੜੇ ਦਿੱਲੀ ਤੋਂ ਉਹਨਾਂ 'ਚੋਂ ਛੁਡਾ ਸਕਦੇ ਨੇ। ਇਸ ਲਈ ਅਸੀਂ ਆਪਸੀ ਤਕਰਾਰ ਨਹੀਂ ਕਰਨੀ। ਅਧਿਕਾਰੀਆਂ ਨੂੰ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਸਾਡੇ ਸਤਿਕਾਰਯੋਗ ਹੋ, ਅਸੀਂ ਤੁਹਾਡੇ ਛੋਟੇ ਭਾਈ ਬੱਚਿਆਂ ਦੀ ਤਰ੍ਹਾਂ, ਸੋ ਸਾਡੇ ਨਾਲ ਉੱਦਾਂ ਪੇਸ਼ ਆਇਆ ਜਾਵੇ ਜਿੱਦਾਂ ਇੱਕ ਕਾਨੂੰਨ ਦਾ ਰਖਵਾਲਾ ਆਪਦੇ ਦੇਸ਼ ਦੇ ਨਾਗਰਿਕਾਂ ਲਈ ਆਉਂਦਾ, ਔਰ ਉਹ ਸਾਡੇ ਨਾਲ ਕੀਤਾ ਜਾਵੇ। ਕੀ ਅਮਰੀਕਾ ਕੈਨੇਡਾ ਦੇ ਵਿੱਚ ਏਦਾਂ ਹੁੰਦਾ ਹੈ? ਉੱਥੇ ਕੋਈ ਅਧਿਕਾਰੀ ਆ ਕੇ ਤੁਸੀਂ 500 ਬੰਦਾ ਲੈ ਕੇ ਆ ਕੇ ਚੜ੍ਹ ਕੇ ਆ ਕੇ ਤੁਸੀਂ ਚੜ੍ਹਾਈ ਕਰਕੇ ਵੀ ਅਸੀਂ ਲੱਖੇ ਨੂੰ ਅਰੈਸਟ ਕਰ ਲਾਂਗੇ? ਕਿਉਂ? ਕੀ ਅਸੀਂ ਅੱਜ ਵੀ ਗੁਲਾਮ ਦੇਸ਼ ਦੇ ਵਾਸੀ ਹਾਂ? ਮੈਂ ਫਿਰ ਕਹਿੰਦਾ, ਤੁਹਾਡਾ ਸਤਿਕਾਰ ਹਜੇ ਵੀ ਸਾਡੇ ਦਿਲਾਂ 'ਚ ਹੈ, ਸਾਡੀਆਂ ਨਜ਼ਰਾਂ 'ਚ ਹੈ, ਜੇ ਅਸੀਂ ਨਹੀਂ ਚਾਹੁੰਦੇ ਉਹ ਸਤਿਕਾਰ ਖੋਇਆ ਜਾਵੇ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਸੋ ਇਸ ਇੱਜ਼ਤ ਨੂੰ ਤੁਸੀਂ ਵੀ ਸਮਝੋ, ਤੁਸੀਂ ਵੀ ਕੋਈ ਬਾਹਰਲੇ ਮੁਲਕਾਂ 'ਚੋਂ ਆ ਕੇ ਇੱਥੇ ਸੈੱਟ ਨਹੀਂ ਹੋਏ, ਤੁਸੀਂ ਵੀ ਡਿਊਟੀ ਕੀਤੀ ਹੈ, ਰੋਟੀ ਖਾਧੀ, ਅੰਨ ਖਾ ਕੇ ਹੀ ਅਸੀਂ ਸਾਰੇ ਤੁਰੇ ਫਿਰਦੇ ਹਾਂ, ਚਾਹੇ ਆ ਪੱਤਰਕਾਰ ਭਾਈਚਾਰਾ, ਜਿਹੜੇ ਕੁਛ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੇ ਜੀ ਆਤੰਕੀ ਆ ਗਏ, ਗੁੰਡੇ ਆ ਗਏ। ਤੁਸੀਂ ਕਿਸੇ ਹੋਰ ਮੁਲਕ ਦੀ ਰੋਟੀ ਖਾਂਦੇ ਹੋ? ਇੱਥੋਂ ਦੇ ਬਛਿੰਦੇ ਨਹੀਂ ਤੁਸੀਂ ਪੰਜਾਬ ਦੇ? ਜਾਂ ਇਸ ਧਰਤੀ ਦਾ ਪਾਣੀ ਨਹੀਂ ਪੀਂਦੇ, ਇਸ ਮਿੱਟੀ ਦਾ ਪਾਣੀ ਨਹੀਂ ਪੀਂਦੇ? ਜੇ ਅੱਜ ਨਾ ਬੋਲੇ, ਇਸ ਮਿੱਟੀ ਦਾ ਅਸੀਂ ਕਰਜ਼ ਕਿੱਥੋਂ ਉਤਾਰਾਂਗੇ? ਸੋ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਹਿਯੋਗ ਕਰੋ, ਅਸੀਂ ਨਹੀਂ ਚਾਹੁੰਦੇ, ਕਦੇ ਵੀ ਨਹੀਂ ਚਾਹੁੰਦੇ ਕਿ ਇਹ ਮੁੱਦਾ ਜਾਵੇ, ਕਿ ਵਿਵਾਦ ਪੈਦਾ ਹੋਵੇ। ਅਸੀਂ ਵਿਵਾਦਾਂ ਨੂੰ ਪੈਦਾ ਕਰਨ ਨਹੀਂ ਆਏ, ਅਸੀਂ ਵਿਵਾਦਾਂ ਨੂੰ ਮੁਕਾਉਣ ਆਏ ਹਾਂ। ਸੋ ਇਸ ਲਈ ਤੁਹਾਨੂੰ ਮੈਂ ਬੇਨਤੀਆਂ ਕਰਦਾ ਕਿ ਯਾਰ ਭਰਾ ਬਣ ਕੇ, ਸਾਡੇ ਵੱਡੇ ਵੀਰ ਬਣ ਕੇ ਸਾਡੀਆਂ ਬੇਨਤੀਆਂ ਮੰਨੋ। ਅਸੀਂ ਤਾਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਵਾਰੀ ਵਾਰੀ, ਬਾਈ ਕਨਵਰ ਹੋ ਗਿਆ, ਬਾਈ ਹਰਪ ਬੈਠਾ, ਸੁਖਵਿੰਦਰ ਹੋ ਗਿਆ, ਗੋਲਡੀਆ ਮਾਨੋਪੁਰੀਆ, ਹਰਿੰਦਰ ਹੁਣੀ ਹੋ ਗਏ, ਰੁਪਿੰਦਰ ਜਲਾਲ ਭਾਨਾ, ਜਗਦੀਪ ਰੰਧਾਵਾ, ਅਸੀਂ ਤਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਦਿੱਲੀ ਵਾਸਤੇ ਗੋਲਡੀ ਵੀ ਸਟੇਜ ਤੇ, ਅੱਜ ਮੈਂ 2 ਮਿੰਟ ਉਹਨੇ ਵੀ ਬੋਲਣਾ। ਸੋ ਮੈਂ ਵਿੱਚ ਵਿੱਚ ਜਿਵੇਂ ਮੈਨੂੰ ਹੁਕਮ ਹੋਊਗਾ ਮੈਂ ਹਾਜ਼ਰੀ ਲਵਾਉਂਦਾ ਰਹੂੰਗਾ, ਤੁਹਾਡੇ ਨਾਲ ਗੱਲਬਾਤ ਕਰਦਾ ਰਹੂੰਗਾ। ਇੱਧਰ ਹੋ ਜਾਓ ਬਾਈ ਯਾਰ, ਮਾੜਾ ਮਾੜਾ ਯਾਰ, ਜਾਂ ਬਹਿ ਜਾਓ ਬਾਈ, ਜਾਂ ਬਹਿ ਜਾਓ ਜਾਂ ਪਿੱਛੇ ਹੋ ਜਾਓ ਮਾੜਾ ਯਾਰ। ਬਾਈ ਸੁਖ ਜਗਰਾਵਾਂ ਤੇ ਗੋਲਡੀ ਵੀਰ ਤੋਂ ਬਾਅਦ ਆ ਬਾਈ ਸੁਖਵਿੰਦਰ ਵੀ ਕੋਰੇ, ਤੇ ਉਸ ਤੋਂ ਬਾਅਦ ਬਾਈ ਹਰਖ ਅਤੇ ਅਮਰੀਕ ਖੋਸਾ ਕੋਟਲਾ, ਵੀ ਸਾਰੇ ਭਰਾਵਾਂ ਨੂੰ ਬੁਲਾਵਾਂਗੇ। ਅਤੇ ਹੁਣ ਵੀਰ ਗੋਲਡੀ ਦੇ ਵਿਚਾਰ ਜ਼ਰੂਰ ਸੁਣੋ। ਬਾਈ ਬਹਿ ਜਾਓ ਜਾਂ ਮੜਾ ਪਿੱਛੇ ਹੋ ਜਾਓ ਯਾਰ, ਪੰਜਾਬ ਨੂੰ ਬਚਾਉਣ ਵਾਸਤੇ ਬੰਦੇ ਨੇ, ਤੇ ਕਿਉਂ ਇੰਨਾ ਪਿੱਛੇ? ਤਨਖਾਹਾਂ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਕਹਿ ਰਿਹਾ, ਭਾਈ ਬੰਦੀ ਦੇ ਤੌਰ ਦੇ ਉੱਤੇ ਕਹਿ ਰਿਹਾ, ਸਿਰ ਦੇ ਉੱਤੇ ਪੱਗਾਂ ਬੰਨ ਦੇ ਪੰਜਾਬੀ, ਜੇ ਤੁਹਾਡੇ ਬੱਚੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹਵਾ 'ਚ ਸਾਹ ਲੈਂਦੇ ਨੇ, ਤੇ ਲੱਖਾਂ ਬਾਈ ਨੂੰ ਇਹੋ ਹੀ ਚਾਹੁੰਦਾ ਕਿ ਤੁਹਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਪੰਜਾਬ ਦੇ ਵਿੱਚ ਹੀ ਰਹਿਣ, ਬਾਹਰ ਧੱਕੇ ਨਾ ਖਾਣ,
ਪੰਜਾਬੀਅਤ ਨੂੰ ਪੰਜਾਬ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਇੱਥੇ ਜਿਹਨੇ ਕੋਈ ਕਤਲ ਨਹੀਂ ਕੀਤਾ ਕਿ ਲੱਖੇ ਨੂੰ ਪੁਲਿਸ ਲੱਭ ਰਹੀ ਆ ਬੜੇ ਕਤਲ ਕੀਤੇ ਹੋਏ ਲੋਕ ਖੁੱਲੇ ਫਿਰ ਰਹੇ ਆ ਉਹਨਾਂ ਨੂੰ ਫੜਨਾ ਚਾਹੀਦਾ ਲੱਖੇ ਨੇ ਤੁਹਾਨੂੰ ਤੁਹਾਡੇ ਬੱਚੇ ਨੂੰ ਸੇਫ ਰੱਖਣ ਵਾਸਤੇ ਇੱਕ ਟੀਚਾ ਚੁੱਕਿਆ ਤੇ ਲੱਖੇ ਨਾਲ ਮਤਰਈ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ ਲੱਖੇ ਨੇ ਪੰਜਾਬ ਦੇ ਵਿੱਚ ਹੀ ਜਨਮ ਲਿਆ ਲੱਖੇ ਨੇ ਤੁਹਾਡੀ ਸਾਰਿਆਂ ਦੀ ਸਾਂਝੀ ਗੱਲ ਕੀਤੀ ਆ ਤੇ ਜੇ ਅੱਜ ਆਪਾਂ ਨਾ ਸੰਭਲੇ ਮੈਂ ਤੁਹਾਨੂੰ ਦੱਸਦਾ ਕਿ ਜੇ ਅੱਜ ਬੱਚਾ ਪੰਜਾਬ ਦੇ ਵਿੱਚ ਇੱਕ ਜਨਮ ਲੈਂਦਾ ਨਾ ਉਹਦੇ ਸਿਰ ਮਾਂ ਦੀ ਭੁੱਖ ਤੇ 80,000 ਰੁਪਏ ਦਾ ਕਰਜ਼ ਲੈ ਕੇ ਜੰਮਦਾ ਬੱਚਾ 80,000 ਰੁਪਏ ਦਾ ਕਰਜ਼ ਇਹ ਮੰਤਰੀ ਆਉਂਦੇ ਜਾਂਦੇ ਰਹਿਣੇ ਨੇ ਬਾਦਲ ਕੈਪਟਨ ਆਉਂਦੇ ਜਾਂਦੇ ਰਹਿਣੇ ਨੇ ਤੁਹਾਨੂੰ ਤਨਖਾਹਾਂ ਜਿਹੜੀਆਂ ਪੰਜਾਬੀਆਂ ਦੇ ਟੈਕਸ ਤੋਂ ਮਿਲਦੀਆਂ ਨੇ ਆਹ ਜਿਹੜੇ ਬੈਠੇ ਨੇ ਸਾਰੇ ਅੱਗੇ ਇਹਨਾਂ ਤੋਂ ਮਿਲਦੀਆਂ ਨੇ ਬਾਦਲ ਆਪਣੀ ਜੇਬ ਚੋਂ ਨਹੀਂ ਦਿੰਦਾ ਕੈਪਟਨ ਆਪਣੀ ਜੇਬ ਦੇ ਵਿੱਚੋਂ ਨਹੀਂ ਦਿੰਦਾ ਇਹਨਾਂ ਦੀ ਗੱਲ ਸੁਣੋ ਇਹਨਾਂ ਦੇ ਵਿੱਚ ਵਿਚਰਨਾ ਵਾ ਨੌਕਰੀਆਂ ਪੂਰੀਆਂ ਹੋਣੀਆਂ ਵਾ ਰਿਟਾਇਰਮੈਂਟ ਲੈਣੀ ਇਹਨਾਂ ਦੇ ਨਾਲ ਤੁਸੀਂ ਵਿਚਰਨਾ ਵਾ ਇਹਨਾਂ ਦੇ ਵਿਆਹਾਂ ਸ਼ਾਦੀਆਂ ਵਿੱਚ ਜਾਇਆ ਕਰਨਾ ਇਹਨਾਂ ਨੇ ਫਿਰ ਤੁਹਾਡੀ ਜਿਹੜੀ ਅੱਖ ਚੱਕ ਪਾ ਕੇ ਫਿਰ ਗੱਲ ਨਹੀਂ ਹੋਣੀ ਇਹਨਾਂ ਨੇ ਤੁਹਾਨੂੰ ਕਰਾਉਣਾ ਵਾ ਤੇ ਤੂੰ ਸਰਕਾਰ ਦੇ ਕਹਿਣ ਦੇ ਉੱਤੇ ਵਧੀਕੀਆਂ ਕੀਤੀਆਂ ਸੀ ਤੁਸੀਂ ਦੋ ਕੁ ਸਤਰਾਂ ਆ ਰਹੀਆਂ ਨੇ ਦਿਮਾਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਮਰੀਆਂ ਜ਼ਮੀਰਾਂ ਵਾਲਿਆਂ ਵਾਸਤੇ ਮੈਂ ਤੁਹਾਡੇ ਅੱਖਾਂ ਸਾਹਮਣੇ ਲੁੱਟੀ ਗਈ ਬੇਪਤ ਹੋ ਗਈ ਸਿਆਸਤਦਾਨਾਂ ਤੋਂ ਮੈਂ ਤੁਹਾਡੇ ਅੱਖਾਂ ਸਾਹਮਣੇ ਲੁੱਟੀ ਗਈ ਬੇਪਤ ਹੋ ਗਈ ਸਿਆਸਤਦਾਨਾਂ ਤੋਂ ਮੈਂ ਉੱਜੜੇ ਹੋਏ ਪੰਜਾਬ ਦੀ ਤਸਵੀਰ ਬੋਲਦੀ ਆ ਮੈਨੂੰ ਗੌਰ ਨਾਲ ਵੇਖੋ ਪੰਜਾਬ ਦੇ ਵਾਰ ਤੋਂ ਮੈਂ ਤੁਹਾਡੀ ਮਰੀ ਹੋਈ ਜ਼ਮੀਰ ਬੋਲਦੀ ਆ ਕੁੱਤੇ ਚੁਣੇ ਉਹਨਾਂ ਲੁੱਟ ਖਾਦਾ ਤੁਸੀਂ ਕੁੱਤੇ ਚੁਣੇ ਉਹਨਾਂ ਲੁੱਟ ਖਾਦਾ ਕੀ ਇਹਨਾਂ ਤੋਂ ਭਾਲਦੇ ਹੋ ਮੈਂ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਵੱਡਿਆਂ ਦੀ ਖੁੱਸੀ ਹੋਈ ਜਗੀਰ ਬੋਲਦੀ ਆ ਮੈਨੂੰ ਗੌਰ ਨਾਲ ਵੇਖੋ ਪੰਜਾਬ ਦੇ ਵਾਰਸੋ ਮੈਂ ਤੁਹਾਡੀ ਮਰੀ ਹੋਈ ਜ਼ਮੀਰ ਬੋਲਦੀ ਆ ਤੁਸੀਂ ਜੰਮ ਦਿੱਤਾ ਉਹ ਵਿਦੇਸ਼ ਗਏ ਤੁਹਾਡੇ ਬਲਦੇ ਸਿਵਿਆਂ ਦੇ ਉੱਤੇ ਮੁੜਨਗੇ ਕੀ ਸੁੱਖ ਲਿਆ ਔਲਾਦ ਕੋਲੋਂ ਉਂਜ ਪੈਸੇ ਬਹੁਤ ਜੁੜਨਗੇ ਮੈਂ ਬਾਪੂ ਤੇਰੀ ਕੱਲੀ ਹੋਈ ਕੱਲੀ ਧੀ ਹੁਣ ਗੋਰਿਆਂ ਦੀ ਹੀਰ ਬੋਲਦੀ ਆ ਮੈਨੂੰ ਗੌਰ ਨਾਲ ਵੇਖੋ ਪੰਜਾਬ ਦੇ ਵਾਰਸੋ ਮੈਂ ਤੁਹਾਡੀ ਮਰੀ ਹੋਈ ਜ਼ਮੀਰ ਬੋਲਦੀ ਆ ਕਾਬਲ ਕੰਧਾਰ ਤੱਕ ਉੱਡਦੀ ਸੀ ਮੈਂ ਸੋਨੇ ਦੀ ਚਿੜੀ ਸੀ ਮੈਂ ਕਾਬਲ ਕੰਧਾਰ ਤੱਕ ਉੱਡਦੀ ਸੀ ਮੈਂ ਤੁਹਾਡੇ ਪੁਰਖਿਆਂ ਨੇ ਤੁਹਾਡੇ ਨਲੂਏ ਨੇ ਦੁਨੀਆਂ ਦੇ ਉੱਤੇ ਗੱਲਾਂ ਕਰਾ ਲਈਆਂ ਦੁਨੀਆਂ ਦੇ ਉੱਤੇ ਗੱਲਾਂ ਕਰਾ ਕੇ ਤੁਹਾਡੇ ਪੁਰਖੇ ਫਿਰ ਗੋਰੇ ਆਏ ਫਿਰ ਬਾਦਲ ਆਏ ਫਿਰ ਕੈਪਟਨ ਆਏ ਮੈਨੂੰ ਨੋਚ ਨੋਚ ਕੇ ਖਾ ਗਏ ਮੈਂ ਗੁਰੂ ਗ੍ਰੰਥ ਦੇ ਖਿਲਰੇ ਹੋਏ ਅੰਗਾਂ ਦੀ ਵਹੀਰ ਬੋਲਦੀ ਆ ਮੇਰੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰੋ ਮੈਂ ਤੁਹਾਡੀ ਮਰੀ ਹੋਈ ਜ਼ਮੀਰ ਬੋਲਦੀ ਆ ਬੇਨਤੀ ਕਰਦੇ ਆ ਕਿ ਪੰਜਾਬ ਜੇ ਬਚਦਾ ਤੇ ਬਚਾਲੋ ਹੱਥ ਜੋੜ ਕੇ ਬੇਨਤੀ ਕਰਦੇ ਆ 129 ਸਾਬਕਾ MLA ਨੇ ਪੰਜਾਬ ਦੇ 129 ਜਿਨ੍ਹਾਂ ਦੀਆਂ 5-5 ਲੱਖ 7-7 ਲੱਖ ਪੈਨਸ਼ਨਾਂ ਨੇ 129 MLA ਨੇ ਜਿਹੜੇ ਸਾਡੇ ਟੈਕਸ ਦੇ ਉੱਤੇ ਪਲ ਰਹੇ ਨੇ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਇੱਕ ਗੱਲ ਪੱਲੇ ਬੰਨ ਲਿਓ ਜੇ ਤੁਸੀਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਕੋਈ ਵੀ ਪਾਰਟੀ ਸਿਆਸੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਰਾਜ ਕਰ ਰਹੀ ਆ ਜਾਂ ਜਿਹੜੀ ਉਹਦੀ ਆਪੋਜੀਸ਼ਨ ਆ ਉਹ ਕਦੀ ਨਹੀਂ ਚਾਹੁਣਗੇ ਕਿ ਜਿਹੜਾ ਆਪਾਂ ਕਿਸਾਨੀ ਸੰਘਰਸ਼ ਜਿੱਤ ਜਾਈਏ ਸਾਡੀ ਜਿੱਤ ਦੇ ਵਿੱਚ ਉਹਨਾਂ ਨੂੰ ਆਪਣੀ ਮੌਤ ਦਿਸਦੀ ਜੇ ਉਹ ਕਦੀ ਨਹੀਂ ਚਾਹੁਣਗੇ ਆਹ ਜਿਹੜਾ ਇਕੱਠ ਇੱਥੇ ਹੋਇਆ ਵਾ ਨਾ ਉਹਨਾਂ ਨੂੰ ਚੁਭਣਾ ਵਾ ਉਹਨਾਂ ਉਹ ਨਹੀਂ ਚਾਹੁਣਗੇ ਕਦੀ ਵੀ ਕਿ ਪੰਜਾਬ ਦੇ ਲੋਕ ਜਾਗ ਜਾਣ ਇਹ ਪੜ੍ਹ ਲਿਖ ਜਾਣ ਇਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਜੇ ਫਿਰ ਗੱਲ ਬਣਨੀ ਜੇ ਫਿਰ ਆਪਾਂ ਜਿਹੜਾ ਕਿਸਾਨੀ ਘੋਲ ਦਿੱਤਾਂਗੇ ਤੇ ਅੱਜ ਦੀਆਂ ਭੀੜਾਂ ਇੱਥੇ ਨੇ ਉੱਥੇ ਵੀ ਮੇਰਾ ਵੀ ਦੁਬਾਰਾ ਕਰੋ ਫਿਰ ਗੱਲ ਬਣਨੀ ਜੇ ਫਿਰ ਪ੍ਰੈਸ਼ਰ ਬਣਨਾ ਜੇ ਸਰਕਾਰ ਤੇ ਜੇ ਆਪਾਂ ਇੱਥੇ ਬੈਠੇ ਰਹੇ ਇੱਥੇ ਸਪੀਕਰਾਂ 'ਚ ਗੱਲਾਂ ਕਰਕੇ ਘਰ ਜਾ ਕੇ ਚਲ ਗਏ ਰਾਤ ਨੂੰ ਸੌਂ ਗਏ ਸਵੇਰੇ ਕੋਈ ਗੱਲਬਾਤ ਨਹੀਂ ਫਿਰ ਘੋਲ ਨਹੀਂ ਜੇ ਜਿੱਤਿਆ ਜਾਣਾ ਤੁਹਾਨੂੰ ਲਾਗੇ ਪੈਂਦਾ ਵਾ ਸਾਡਾ ਮਾਝਾ ਏਰੀਆ ਵਾ ਗੁਰਦਾਸਪੁਰ ਅੰਮ੍ਰਿਤਸਰ ਨੂੰ 600 ਕਿਲੋਮੀਟਰ ਪੈਂਦੀ ਆ ਦਿੱਲੀ ਤੁਹਾਨੂੰ 250 ਕਿਲੋਮੀਟਰ ਪੈਂਦੀ ਆ ਤੁਹਾਡੇ ਵੱਲ ਵੇਖ ਕੇ ਜਦੋਂ ਤੁਸੀਂ ਇੱਥੋਂ ਉੱਥੇ ਕੱਟ ਕਰਦੇ ਹੋ ਨਾ ਫਿਰ ਸਾਡੇ ਵਾਲੇ ਤੁਰਦੇ ਨੇ ਤੇ ਬੇਨਤੀ ਕਰਦੇ ਹਾਂ ਕਿ ਮੇਰਾ ਵੀਰ ਮਾਰੋ ਦੁਬਾਰਾ ਹੰਬੜਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡਾਂ ਤੋਂ ਆਏ ਮੇਰੇ ਨੌਜਵਾਨ ਸਾਥੀਓ ਮੇਰੀਆਂ ਭੈਣਾਂ ਨੌਜਵਾਨ ਵੀਰੋ ਬਜ਼ੁਰਗੋ ਪਹਿਲਾਂ ਕਰੋ ਗੁਰੂਆਂ ਦੀ ਫਤਿਹ ਸਾਂਝੀ ਗੱਜ ਕੇ ਬੁਲਾਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਿਹੜਾ ਅੱਜ ਆਪਣਾ ਪ੍ਰੋਗਰਾਮ ਰੱਖਿਆ ਸੀ
पांच पिंडां दे विच आपां ने दिल्ली मोर्चे वास्ते प्रचार करना सी महला तो लैके रत्ता खेड़ा तक। दास की थोड़ी तबीयत ठीक नहीं सी ते घरे ताया जी डेथ हो गई ते तां मैं लेट हो गया। पता लग्या भी महला तो ही प्रशासन नौजवानां ते किसानां नूं कच्चे ताई काम कर रहे हैं। प्रशासन भी अपना इथो पता लग जांदा क्योंकि प्रोग्राम आपां रखे सी पंज कोई गल नहीं अज रिक्का हो गया अज रिक्का ला रहे ने प्रोग्राम करावांगे जरूर करावांगे लखे नूं भी बुलावांगे स्टेजां ते बुलावांगे भावे दो दे हाथ चार चार करने पण करांगे। ये गल नहीं हैगी क्योंकि धुर तो नहीं अज तो नहीं यह जुगा जुगा तो होंदा आया सच की आवाज नूं दबाउणा चाहुंदे आ जे कोई सच बोलदा कोई उत्तर उठना चाहुंदा ये सरकार भी चाहुंदी आ जे कोई साडे मूहरे बोलदे लक्के बनना पऊगा कोई गल नहीं परचे होंगे आपां किहड़ा कोई डाके मार रहे हैं आपां किहड़ा कोई चोरी कर रहे हैं आपां इस लोकतंत्र देश दे विच अपना अधिकार आपां जो लोगों नूं जागरूक कर सकते हैं। दिल्ली मोर्चा अपना लग्या हुआ छे महीनों तो उत्थे जाण वास्ते आपां प्रचार कर रहे हैं भी चलो दिल्ली चलो सारे मेरे कलाकार वीर करमर गरेवाल हुई हर सचीमे हो रही ये बेचारे छे महीने तो मेहनत कर रहे हैं भी चलो नौजवानों दिल्ली चलो उत्थे अपने बजुर्ग बैठे आ भैणां बैठिया ने ते उत्थे लगातार पहला ठंड दे विच ते हुण गर्मी दे विच हुण किन्नी बारिश हुई आ उत्थे तंबू पट्टे गए उत्थे बैठे भी चलो आपां उत्थे मोर्चा लाइए मोर्चा फतेह करके आईए। पर पंजाब सरकार एक पासे कहिंदी आ असीं तां तुहाडे हितैषी आ इहनूं क्यों दुख हुंदा जे आपां लोकां नूं जागरूक करदे आ इह क्यों नहीं प्रोग्राम करन दिंदी इह लखां इहनां नें की चुंडी वड़दा बस लखां सच्चियां गल्लां कहि दिंदा इसे गल दा दुख आ। पर गल सुण मैं प्रशासन नूं गल करदा इक ध्यान च लिआदा सी आई डी दे जे अज प्रोग्राम रोक दोगे ਤਾਂ ਇੱਦੂ ਜ਼ਿਆਦਾ ਪ੍ਰੋਗਰਾਮ ਹੋਣਗੇ ਇਹ ਗੱਲ ਤੁਸੀਂ ਨੋਟ ਕਰ ਲਓ ਪਿੰਡ ਪਿੰਡ ਪ੍ਰੋਗਰਾਮ ਕਰਾਵਾਂਗੇ ਇਹ ਅਸੀਂ ਐਲਾਨ ਕਰਦੇ ਹਾਂ। ਅੱਜ ਵੀ ਅਸੀਂ ਹੋ ਸਕਿਆ ਤਾਂ ਲੱਖੇ ਨੂੰ ਸਟੇਜ 'ਤੇ ਲੈ ਕੇ ਆਵਾਂਗੇ ਜਿਹੜਾ ਕੁਛ ਹੁੰਦਾ ਸਰ ਪ੍ਰਸ਼ਾਸਨ ਕਰ ਲਏ ਆਹ ਖੜ੍ਹੇ ਹਾਂ ਜੇ ਗ੍ਰਿਫਤਾਰ ਕਰਨ ਦਾ ਸ਼ੌਂਕ ਆ ਲਿਆਓ ਗੱਡੀਆਂ ਅਸੀਂ ਗ੍ਰਿਫਤਾਰ ਹੋਣ ਨੂੰ ਤਿਆਰ ਹਾਂ ਜਿਹੜੇ ਪਰਚੇ ਪਾਉਣੇ ਆ ਅਸੀਂ ਪਰਚੇ ਪਵਾਉਣ ਨੂੰ ਤਿਆਰ ਹਾਂ ਪਰ ਅਸੀਂ ਧਰਨੇ ਨਾਲ ਜੁੜੇ ਹੋਏ ਹਾਂ ਅਸੀਂ ਮਿੱਟੀ ਨਾਲ ਜੁੜੇ ਹੋਏ ਹਾਂ ਸਾਡੀ ਜ਼ਮੀਨ ਖੋਹਣ ਦੀ ਤਿਆਰੀ ਆ ਅਸੀਂ ਆਪਣੀ ਜ਼ਮੀਨ ਬਚਾਉਣ ਲਈ ਉਰੇ ਆਏ ਹਾਂ ਅਸੀਂ ਆਪਣੀ ਜ਼ਮੀਨ ਬਚਾਉਣ ਲਈ ਹੋਕਾ ਦੇ ਰਹੇ ਹਾਂ ਜ਼ਬਾਨੀ ਬਚਾਉਣ ਲਈ ਹੋਕਾ ਦੇ ਰਹੇ ਹਾਂ ਆਪਣੀਆਂ ਨਸਲਾਂ ਬਚਾਉਣ ਲਈ ਹੋਕਾ ਦੇ ਰਹੇ ਹਾਂ। ਫਿਰ ਕਿਉਂ ਦੁੱਖ ਲੱਗਦਾ ਪ੍ਰਸ਼ਾਸਨ ਨੂੰ ਕਿਉਂ ਸਾਨੂੰ ਪ੍ਰੋਗਰਾਮ ਨਹੀਂ ਕਰਨ ਦਿੰਦਾ ਸਾਨੂੰ ਆ ਕੇ ਦੱਸੇ ਤਾਂ ਸਹੀ ਵੀ ਆਹ ਗੱਲ ਦਾ ਦੁੱਖ ਆ ਸਾਨੂੰ ਆਹ ਬੜੀਆਂ ਬੜੀਆਂ ਰੈਲੀਆਂ ਬਾਦਲ ਵਰਗੇ ਮਜੀਠੀਆ ਵਰਗੇ ਕੈਪਟਨ ਵਰਗੇ ਕਰ ਰਹੇ ਨੇ ਆਹ ਬੰਗਾਲ ਦੇ ਕਿਹੜੀਆਂ ਰੈਲੀਆਂ ਹੋਈਆਂ ਅੱਜ ਇੱਥੇ ਇਹਨਾਂ ਨੂੰ ਕੀ ਦੁੱਖ ਹੋਇਆ ਜੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਰੱਖ ਲਿਆ ਵੀ ਪਿੰਡਾਂ ਦੇ ਵਿੱਚ ਜਾਗ ਲਾਈਏ ਜਾਗ ਲੋਕਾਂ ਨੂੰ ਲੈ ਕੇ ਚੱਲੀਏ ਦਿੱਲੀ ਕੀ ਗੱਲ ਬਈ ਇਹ ਫਿਰ ਲੋਕਤੰਤਰ ਕਿਹੜਾ ਹੋ ਗਿਆ ਉਹਨਾਂ ਵਾਸਤੇ ਹੋਰ ਰਾਜ ਆਪਣੇ ਵਾਸਤੇ ਹੋਰ ਰਾਜ ਉਹਨਾਂ ਵਾਸਤੇ ਹੋਰ ਕਾਨੂੰਨ ਆਪਣੇ ਵਾਸਤੇ ਹੋਰ ਕਾਨੂੰਨ ਇਸ ਕਰਕੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਇੱਕ ਮੁੱਠੀ ਮੁੱਠ ਹੋਣਾ ਪਊਗਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਨੂੰ ਇਹ ਸਾਰੇ ਪ੍ਰੋਗਰਾਮ ਆਪਾਂ ਨੂੰ ਕਰਾਉਣੇ ਪੈਣਗੇ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਕਿਉਂਕਿ ਹੁਣ ਆਪਣੇ ਚੁੱਲ੍ਹਿਆਂ ਦੀ ਲੜਾਈ ਆ ਆਪਣੀ ਰੋਟੀ ਦੀ ਲੜਾਈ ਆ ਆਪਣੀ ਹੋਣ ਦੀ ਲੜਾਈ ਆ ਇਸ ਤਰ੍ਹਾਂ ਤਾਂ ਆਪਾਂ ਨੂੰ ਇਹ ਗੁਲਾਮ ਬਣਾ ਲਿਆ ਅੱਜ ਇਕੱਠੇ ਹੋ ਕੇ ਪ੍ਰਸ਼ਾਸਨ ਨੇ ਤੁਹਾਨੂੰ ਰੋਕ ਲਿਆ ਘੇਰਾ ਪਾ ਲਿਆ ਵੀ ਅਸੀਂ ਪ੍ਰੋਗਰਾਮ ਨਹੀਂ ਹੋਣ ਦਿੰਦੇ ਕਿੰਨਾ ਚਿਰ ਘੇਰਾ ਪਾਉਣਗੇ ਇੱਥੇ ਥਾਣੇ ਮੂਰੀ ਬਹਿ ਜਾਂਗੇ ਦਿਨ ਰਾਤ ਬਹਿ ਜਾਂਗੇ ਇੱਥੇ ਰੱਖ ਰਹੇ ਸਾਨੂੰ ਬਿਠਾ ਕੇ ਜਿੰਨਾ ਕੁ ਸ਼ੌਂਕ ਆ ਅਸੀਂ ਬੈਠਣ ਨੂੰ ਤਿਆਰ ਹਾਂ। ਇਸ ਕਰਕੇ ਬੇਨਤੀ ਹੁਣ ਜਿੱਧਰ ਨੂੰ ਵੀ ਜਾਣਾ ਕਿਸੇ ਨੇ ਵਾਪਸ ਨਹੀਂ ਮੁੜਨਾ ਇਕੱਠੇ ਹੋ ਕੇ ਚੱਲਾਂਗੇ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚੋਂ ਬੰਦੇ ਹੋਰ ਬਥੇਰੇ ਬੁਲਾਵਾਂਗੇ ਜਿੱਥੇ ਬੰਦਿਆਂ ਨੂੰ ਦੇ ਜਾਂਦੇ ਹੋਕਾ ਹੀ ਜਾਣਗੇ ਬੰਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੰਦੇ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਣ ਦਿੰਦੇ ਜੇ ਲੋੜ ਪਈ ਤਾਂ ਪਹਿਲਾਂ ਆਪ ਅੱਗੇ ਹੋ ਕੇ ਗ੍ਰਿਫਤਾਰ ਹੋਵਾਂਗੇ ਆਪ ਕਹਾਂਗੇ ਵੀ ਸਾਨੂੰ ਫੜੋ ਅਸੀਂ ਕਿਸੇ ਵੀ ਬਾਹਰਲੇ ਬੰਦੇ ਨੂੰ ਫੜਨ ਨਹੀਂ ਦਿੰਦੇ
धन्नवाद करदा मैं सारे जिहड़े संगत बाहरों आई ने, धन्नवाद भाई हरफ होरियां दा, कलवर होरियां दा, ते भाई लखे सदाने दा जिहड़ा लोकां नूं होका दे रहा, जगा रहे आ रविंदर जलाल वर्गे जिहड़े उत्थे दुध दी सेवा कर रहे आ, उही चुभदे इन्हां नूं वी इह नौजवान क्यों नौजवानां दे चेहरे होई जांदे ने, क्यों लोक इन्हां नूं प्यार करदे आ, क्यों लोक इन्हां दी गल सुणदे आ, क्योंकि इह सिर्फ तुहानूं गुलाम बना के रखना चाहुंदे ने, तुहानूं उठ नहीं उठन देना चाहुंदे, तुहाडी गल भी तुहाडी कोई भी यह नहीं चाहता भी नौजवान के सानू सवाल पुछन, क्योंकि अगे वोटां दा समां आ रहा, सरकारां नूं खतरा होया पिया भी पिंडां दे विच किवें बढ़ांगे, किवें गल करांगे, उसे गल करके सानू पहली दबना शुरू करता, इस करके इकट्ठे होके रहो, किसी प्रशासन की मजाल नहीं, किसी सरकार की मजाल नहीं भी अपने प्रोग्राम रोक दूगी, सारे प्रोग्राम करांगे, हिक ठोक के करांगे, वाहिगुरु जी का खालसा वाहिगुरु जी की फतेह। सारे ही सूझवान साडे किसान भरा ने सो वड्डी गल ये आ भी सारे पिंडां दे विच असीं वड्डे होके दित्ते आ, ते जिथे जथेबंदियां दे साडे आगू साहब आन पहुंचे ने उत्थे बाकी भी जथेबंदियां साडे नाल तालमेल च ने, सो इस करके मैं बेनती करदा कि भरावो इत्थे बैठे रहो, सारे भरा बह जाओ, हाथ बन के बेनती है भाई, जे पंजाब ते किसानी नूं प्यार करदे हो कृपा करके बह जाओ, इह धक्का आपां नूं होर भी बहुत चलणियां पैणगियां, जेकर अज आपां झल्लांगे तां अपने आउण वाले बच्चां लई जिहड़ा राह है उह साफ हो जूगा, नहीं आउण वाली नसलां लई बहुत औखा रस्ता आ रिहा। इक तां जिहड़े नौजवान वीर खड़े ने, कृपा करके तमाशा जिहा ना बणाओ, बह जाओ, आर पार दी लड़ाई आ, हो सकदा इत्थे आपां नूं दो फरमेशनां पै जे, पर वादा करते हैं, मेरी बेनती है जिन्नी भी जथेबंदियां आई ने भी पिंडां दे विच होके मरवाओ, वध तो वध किसान ते नौजवान इत्थे आउण, जे तुसीं बह जाओ डट के तां तुहानूं मैं हिक ठोक के कहना भी लखे नूं इत्थे बुला लांगे आपां, दी लोड़ नहीं, किन्नियां कि नूं फड़ लैणगे, किन्नियां कि नूं मार लैणगे, की कर लू प्रशासन, अपने भैणां अपनियां बैठियां ने माई भागो बणियां, आ बैठियां ने अपनियां भैणां, आ बैठे ने नौजवान वीर, सारे बह जाओ जाबते च रखो, दिखाओ भी सदा जाबता की होंगे जथेबंदियां का, सारे रोड के उपर बह जाओ, धुप की परवाह ना करो यार, तुम जट्टा के पुतो मिट्टी ना मिट्टी होने वाले हो, खेतों के भी बट्टा घरोंगे अजकल, आ जेठा लगे धुप्पा के उस बाद बट्टा से मिट्टी लाओगे, क्यों धुप तो डरते हो, पिंडा होर होके दवाओ, सारे मेरे जिन्हें मेरे वीर आए हैं जो पिंडा तो आए हैं उन्होंने बेनती है भी मगर पिंड अनाउंसमेंट कराओ, ਆਪਾਂ ਇੱਥੇ ਪੱਡਾ ਕੱਟ ਕਰਕੇ ਇੱਥੇ ਪ੍ਰੋਗਰਾਮ ਕਰਾਵਾਂਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सो दोस्तों की कहना चाहोगे तुसी इस सारे मसले बारे, अपनी राय कमेंटा च दोस्तों जरूर सांझी करके जायो, तो इस दे नाल ही अज दे अपडेट्स दी लड़ी दे विच फिलहाल इन्ना ही, मिलते हैं जल्द होर ताज़ा अपडेट दे नाल, उन्ने समय तक लई तुसी बने रहो लिमिटेड ज्ञान दे नाल, पंजाबी म्यूजिक इंडस्ट्री दे अपडेट्स अते किसानी संघर्ष की हर एक खबर सब तो पहला ते सटीक देखण दे लई हुणे सबसक्राइब करो तुहाडा ही अपना चैनल अनलिमिटेड ज्ञान, अते चैनल नूं सबसक्राइब करके नोटिफिकेशन बैल ते क्लिक करके ऑल ते जरूर सिलेक्ट कर लेना, ताकि हर एक ताज़ा खबर अते साड़ी हर एक नवी वीडियो तुहाडे तक पहुँचे सब तो पहला। सो दोस्तों हुण फिलहाल इत्थे सानू दिओ इजाजत, आपां मिलदे हां जल्द, थैंक यू, धन्नवाद, टेक केयर।